ਮਹਾਸ਼ਿਵਰਾਤਰੀ ਦੇ ਪੁਰਬ ਨੂੰ ਮੁੱਖ ਰੱਖਦਿਆਂ ਅੱਜ ਸਰਹੰਦ ਸ਼ਹਿਰ ਸਰਹੰਦ ਮੰਡੀ ਵਿੱਚ ਵੱਖ ਵੱਖ ਥਾਵਾਂ 'ਤੇ ਲਗਾਏ ਗਏ ਖੀਰ, ਛੋਲੇ ਪੂਰੀਆਂ, ਕੜੀ ਚਾਵਲ ਅਤੇ ਹਲਵੇ ਦੇ ਲੰਗਰ ਲਗਾਏ ਗਏ। ਆਓ ਵਿਖਾਉਂਦੇ ਹਾਂ ਵੱਖ ਵੱਖ ਲੰਗਰਾਂ ਦੇ ਕੁਝ ਦ੍ਰਿਸ਼। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਰ ਨਾਗਪਾਲ ਦੀ ਰਿਪੋਰਟ। ਸ਼ੰਕਰ ਭਗਵਾਨ ਕੀ ਜੈ। ਅੱਜ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ 'ਤੇ ਸਰਹੰਦ ਨਿਵਾਸੀਆਂ ਵੱਲੋਂ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਸਰਹੰਦ ਨੂੰ ਜੋ ਸਹਿਯੋਗ ਮਿਲਿਆ ਉਹ ਉਪਰਾਲਾ ਅਸੀਂ ਲੰਗਰ ਦੇ ਰੂਪ ਵਿੱਚ ਹਰ ਸਾਲ ਸ਼੍ਰੀ ਅਮਰਨਾਥ ਬਰਫਾਨੀ ਸੇਵਾ ਦਲ ਵੱਲੋਂ ਆਪਣਾ ਜਿਹੜਾ ਦਫ਼ਤਰ ਹੈ ਸਾਡਾ ਬਰਫਾਨੀ ਆਸ਼ਰਮ ਦਾ ਜਿਹੜਾ ਦਫ਼ਤਰ ਹੈ ਉੱਥੋਂ ਅਸੀਂ ਹਰ ਸਾਲ ਪਹਿਲਾਂ ਸਵੇਰੇ ਪਕੌੜਿਆਂ ਦਾ ਲੰਗਰ ਲਗਾਉਂਦੇ ਹਾਂ ਔਰ ਦੂਸਰੇ ਦਿਨ ਸ਼ਿਵ ਭਗਤਾਂ ਲਈ ਭੋਜਨ ਦੀ ਵਿਵਸਥਾ ਕੀਤੀ ਜਾਂਦੀ ਹੈ ਜਿਹਦੇ ਵਿੱਚ ਪੂਰੀ ਛੋਲਿਆਂ ਦਾ ਲੰਗਰ ਲਗਾਇਆ ਜਾਂਦਾ ਹੈ, ਪ੍ਰਸ਼ਾਦ ਰੂਪ ਵਿੱਚ ਖੀਰ ਦਿੱਤੀ ਜਾਂਦੀ ਹੈ। ਅੱਜ ਸਵੇਰੇ ਅਮਰਨਾਥ ਬਰਫਾਨੀ ਸੇਵਾ ਦਲ ਵੱਲੋਂ ਸ਼ਹਿਰ ਦੀ ਅਮਨ ਸ਼ਾਂਤੀ ਵਾਸਤੇ ਇੱਕ ਹਵਨ ਕਰਾਇਆ ਗਿਆ। ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਇਸ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਸਤੇ ਅਸੀਂ ਇੱਕ ਹਰ ਸੰਸਥਾ ਹਰ ਮੰਦਰ ਇਹ ਜਿਹੜਾ ਹਵਨ ਦਾ ਪ੍ਰੋਗਰਾਮ ਹੈ ਜ਼ਰੂਰ ਕਰੇ
ਔਰ ਜਿਹਦੇ ਨਾਲ ਆਪਸੀ ਤਾਲਮੇਲ ਵੀ ਵੱਧਦਾ ਹੈ ਅਤੇ ਵਾਤਾਵਰਨ ਵੀ ਸ਼ੁੱਧ ਹੁੰਦਾ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਸਾਰੇ ਮਿਲ ਜੁਲ ਕੇ ਇਸ ਤਿਉਹਾਰ ਨੂੰ ਮਨਾਓ। ਅੱਜ ਬਰਫਾਨੀ ਸੇਵਾ ਦਲ ਵੱਲੋਂ, ਸਰਹੰਦ ਵੱਲੋਂ ਇਹ ਭੰਡਾਰਾ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ, ਸਾਰੇ ਮੈਂਬਰ, ਸਾਰੇ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਂ ਨੇ ਉਹਨਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੈ ਸਿਆ ਰਾਮ, ਜੈ ਸਿਆ ਰਾਮ।